ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਹਰਪ੍ਰੀਤ ਸਿੰਘ ਫਰੋਮ ਪ੍ਰੀਤ ਦਸਤਾਰ ਟ੍ਰੇਨਿੰਗ ਸੈਂਟਰ ਸੰਧ, ਡਿਸਟ੍ਰਿਕਟ ਕਰਨਾਲ। ਸੋ ਵੀਰੋ, ਅਸੀਂ ਇੱਕ ਵੀਡੀਓ ਲੈ ਕੇ ਆਏ ਜਿਹਦੇ ਵਿੱਚ ਦੋ ਅਲੱਗ ਅਲੱਗ ਸਟਾਈਲ ਦੇ ਭਰਨੇ ਆ। ਇਹ ਗੋਲ ਸਟਾਈਲ ਭਰਨਾ ਆ। ਸੋ ਇਸ ਨੂੰ ਦੇਖੋ ਤੁਸੀਂ, ਇੱਕ ਕਿਨਾਰੇ ਤੋਂ ਕਿੱਦਾਂ ਫੋਲਡ ਕਰਕੇ ਆਪਾਂ ਇਹਨੂੰ ਗੁਲਾਈ ਦੀ ਸ਼ੇਪ ਦੇ ਦਿੱਤੀ। ਹੁਣ ਜਿਹੜਾ ਸੈਕਿੰਡ ਪਰਲੇ ਪਾਸੋਂ ਆਏਗਾ ਉਹਨੂੰ ਪੂਰੀ ਗੁਲਾਈ ਸ਼ੇਪ ਦੇਣੀ ਹੈ, ਬਿਲਕੁਲ ਇੱਦਾਂ ਥੱਲੇ ਕਰਕੇ। ਸੋ ਦਸ ਨਾਲ ਕਨੈਕਟ ਕਰਨਾ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਦਿੱਤੇ ਹੋਇਆ। ਸੋ ਇੱਦਾਂ ਅੰਗੂਠੇ ਦੀ ਹੈਲਪ ਦੇ ਨਾਲ ਆਪਾਂ ਇਹਨੂੰ ਥੋੜ੍ਹੀ ਗੋਲ ਸ਼ੇਪ ਬਣਾ ਦੇਣੀ ਹੈ। ਹੁਣ ਇਹਨੂੰ ਇੱਦਾਂ ਖਿੱਚ ਪਾਵਾਂਗੇ ਅਤੇ ਜਿਹੜੇ ਵਾਟੇ ਆ ਥੋੜ੍ਹੇ ਜਿਹੇ ਇੱਕੋ ਇੱਕੋ ਸੀ ਦੇ 'ਚ ਇਕੱਠੇ ਹੋ ਜਾਣਗੇ। ਉੱਪਰ ਜਿਹੜਾ ਕੱਪੜਾ ਆ ਫਾਲਤੂ ਦਾ ਥੱਲੇ ਲਿਆਉਣਾ, ਕਿਉਂਕਿ ਜਿਹੜਾ ਖੱਡਾ ਖੁੱਡਾ ਕਈ ਵਾਰ ਆ ਜਾਂਦਾ ਆ, ਮੀਨਸ ਕਿ ਹਾਂ ਮੰਨ ਲਓ ਜ਼ਿਆਦਾ ਖੱਡਾ ਆ ਵਿਖਣਾ ਜਾਂਦਾ, ਉਹ ਭਰ ਜਾਂਦਾ ਅਤੇ ਸ਼ੇਪ ਵਧੀਆ ਆਉਂਦੀ ਉਹਦੇ ਨਾਲ। ਹੁਣ ਇੱਦਾਂ ਹੀ ਤੁਹਾਨੂੰ ਦਿਖਾ ਰਿਹਾ ਜਿੱਦਾਂ ਵੀਡੀਓ ਵਿੱਚ ਕਿ ਆਹ ਅਗਲਾ ਲੱਟ ਲਾਉਣ ਗਿਆ, ਇਹਨੂੰ ਚੌੜਾ ਕਰ ਦੇਣਾ ਪੂਰਾ ਖਿਲਾਰ ਕੇ ਅਤੇ ਵਿੱਚੋਂ ਹਾਫ ਇੰਚ ਫੋਲਡ ਕਰਨਾ ਆ। ਤੁਸੀਂ ਦੇਖ ਸਕਦੇ ਹੋ ਆ ਹੁਣ ਹਾਫ ਇੰਚ ਫੋਲਡ ਕਰਦਾ। ਇਹਨੂੰ ਇੱਕ ਤੈਅ ਦੇ ਹਿਸਾਬ ਨਾਲ ਇਹਨੂੰ ਤੈਅ ਲਾਉਣੀ ਹੈ ਜਿਸ ਕਾਰਨ ਵੱਟ ਇਕੱਠੇ ਹੋ ਜਾਣ। ਅਤੇ ਆਹ ਪਰਨੇ ਦੀ ਲੈਂਥ ਵੀਰੋ 3 ਮੀਟਰ ਦੀ ਪਰਨੇ ਦੀ ਲੈਂਥ ਆ। ਸੋ ਦੋ ਵੀਡੀਓ ਇਹਦੇ 'ਚ ਨੇ, ਇੱਕ ਏ ਸਟਾਈਲ ਹੈ, ਇੱਕ ਗੋਸ਼ਟ ਗੋਲ ਵਾਲਾ ਪਰਨਾ ਆ। ਅਤੇ ਜਿਹੜਾ ਦੋਨਾਂ ਦੀ ਲੈਂਥ ਹੀ 3 ਮੀਟਰ ਦੀ ਹੈ। ਸੋ ਇਹ ਜੂੜੇ 'ਤੇ ਬੰਨਿਆ ਹੋਇਆ। ਇਹਨੂੰ ਤੁਸੀਂ ਅਗਰ ਜੇ ਜ਼ਿਆਦਾ ਵਾਲ ਪਾ ਰਹੇ ਹੋਣ ਤਾਂ ਤੁਸੀਂ ਇਹਨੂੰ ਵੀਰੇ ਪਿੱਛੇ ਵਾਲ ਬੰਨ ਕੇ ਅਤੇ ਉਹਦੇ ਉੱਤੇ ਬੰਨ ਸਕਦੇ ਹੋ। ਸੋ ਇੱਦਾਂ ਹੀ ਪਿੱਛੋਂ ਫੋਲਡ ਕਰਕੇ ਹੁਣ ਤੁਹਾਨੂੰ ਦਿਖਾ ਰਿਹਾ ਐਵੇਂ ਖਿਲਾਰ ਕੇ ਹਾਫ ਇੰਚ ਫੋਲਡ ਕਰਨ ਲੱਗਿਆ। ਦੇਖੋ ਇੱਦਾਂ ਫੋਲਡ ਕਰਤਾ ਹਾਫ ਇੰਚ, ਐਵੇਂ ਆਹ ਸਾਰਾ ਬੰਨਾ ਉੱਪਰ ਲੈ ਜਾਓ ਵੀਰੇ। ਹੁਣ ਇਕੱਠਾ ਤੈਅ ਨਾਲ ਲੱਗਿਆ, ਤੈਅ ਲਾ ਕੇ ਇਹਨੂੰ ਇਕੱਠਾ ਪ੍ਰੈਸ ਨਾਲ, ਜਿਵੇਂ ਮੰਨ ਲਓ ਕਿ ਜਿਵੇਂ ਇੱਕ ਪ੍ਰੈਸ ਜੀ ਮਾਰਨੀ, ਇਕੱਠਾ ਆਪਣੇ ਹੱਥ ਦੀ ਪ੍ਰੈਸ ਮਾਰਨੀ ਹੈ। ਇਦੋਂ ਫੋਲਡ ਕਰਕੇ ਵੀਰੇ ਇਹਨੂੰ ਚੱਕ ਕੇ ਉੱਦਾਂ ਇਹਨੂੰ ਖਿੱਚ ਪਾ ਦੇਣੀ ਹੈ ਤਾਂ ਕਿ ਵੱਟ ਸਾਰੇ ਨਾ ਇੱਕੋ ਲਾਈਨ 'ਚ ਨਜ਼ਰ ਆਉਣ। ਉਨੀ ਨਿੱਕੀ ਦਾ ਫਰਕ ਹੋ ਜਾਵੇ ਕੋਈ ਦਿੱਕਤ ਨਹੀਂ, ਆਪਣਾ ਮੇਨ ਜ਼ਿਆਦਾ ਹੁੰਦਾ ਹੈ ਸ਼ੇਪ ਦੇਖਣੀ ਹੁੰਦੀ ਹੈ। ਸੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਲਿੰਕ ਨੂੰ ਸ਼ੇਅਰ ਜ਼ਰੂਰ ਕਰਿਓ, ਘਰ ਬੈਠੇ ਤੁਸੀਂ ਸਾਰੇ ਸਿੱਖ ਸਕਦੇ ਹੋ। ਸੋ ਚੰਗੀ ਲੱਗੇ ਤਾਂ ਲਾਈਕ ਵੀ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਜ਼ਰੂਰ, ਤਾਂ ਕਿ ਮੈਂ ਹੋਰ ਵੀ ਤੁਹਾਨੂੰ ਵੀਡੀਓਜ਼ ਪੱਗਾਂ ਦੀਆਂ, ਪਰਨੇ ਦੀਆਂ, ਹਰ ਇੱਕ ਸਟਾਈਲ ਦੀ ਤੁਹਾਨੂੰ ਪਾ ਸਕਾਂ। ਸੋ ਹਰ ਜਗ੍ਹਾ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਪ੍ਰੀਟਰਮ ਸਟਾਰ ਦੇ ਨਾਮ 'ਤੇ ਸਰਚ ਕਰਕੇ ਉੱਥੇ ਫੋਲੋ ਕਰ ਸਕਦੇ ਹੋ, ਐਡ ਹੋ ਸਕਦੇ ਹੋ ਅਤੇ ਯੂਟਿਊਬ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਸੋ ਇੱਦਾਂ ਹੀ ਵੀਰੇ ਉਹ ਕੰਟੀਨਿਊਸ ਜਿੰਨੇ ਵੀ ਅੱਗੇ ਹੁਣ ਆਉਣਗੇ ਲੜ, ਉਹ ਇੱਦਾਂ ਹੀ ਬਿਲਕੁਲ ਉੱਪਰ ਥੋੜ੍ਹਾ ਉੱਪਰ ਉੱਪਰ ਕਰਦੇ ਕਰਦੇ ਆ ਵੱਟ ਬਣਾਉਂਦੇ ਜਾਣਾ। ਪੂਰੀ ਗੁਲਾਈ ਸ਼ੇਪ ਗੋਲ ਹੋਵੇ ਉੱਪਰੋਂ ਦੀ, ਅਗਰ ਲੱਗੇ ਕਿ ਚੁੰਝ ਨਿਕਲੀ ਉਹਨੂੰ ਦੱਬ ਸਕਦੇ ਹੋ। ਇੱਦਾਂ ਹੀ ਹੁਣ ਲਾਸਟ ਵਾਲਾ ਲੜ ਰਹਿ ਗਿਆ, ਇਹਨੂੰ ਪੂਰਾ ਉਵੇਂ ਚੌੜਾ ਕਰਕੇ ਜਿੱਦਾਂ ਸਾਰੇ ਕੀਤੇ ਸੀ ਉਵੇਂ ਸੇਮ ਟੂ ਸੇਮ ਕਰੀ ਜਾਣਾ ਆ। ਬਸ ਥੋੜ੍ਹੀ ਮਿਹਨਤ ਕਰਨੀ ਪੈਂਦੀ, ਜਿਹੜੇ ਦੋ ਸਟਾਰਟਿੰਗ ਤੋਂ ਕਰਨੇ ਹੁੰਦੇ ਆ ਨਾ, ਅਤੇ ਉਹ ਥੋੜ੍ਹੀ ਮਿਹਨਤ ਜ਼ਿਆਦਾ ਉਹਨਾਂ 'ਤੇ ਕਰਨੀ ਪੈਂਦੀ ਹੈ। ਉਸ ਤੋਂ ਬਾਅਦ ਬਾਕੀ ਕੰਟੀਨਿਊ ਝੱਟ ਆਰਾਮ ਨਾਲ ਅੱਗੇ ਆਉਂਦੇ ਰਹੋਗੇ। ਸੋ ਇੱਦਾਂ ਹੀ ਘਰ ਟਰਾਈ ਕਰਕੇ ਜ਼ਰੂਰ ਦੇਖਿਓ, ਐਵੇਂ ਦੀ ਸ਼ੇਪ ਬਣ ਜੂਗੀ ਗੋਲ। ਸੋ ਚੰਗੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ। ਬਾਕੀ ਜਿਹੜੀ ਲੁੱਪੀ ਜੀ ਰਹਿ ਗਈ ਆ ਸਾਰੀ ਵਿੱਚ ਐਂ ਫੋਲਡ ਕਰ ਦੇਣੀ ਹੈ। ਹੁਣ ਆ ਬਾਜ ਦੀ ਹੈਲਪ ਨਾਲ ਦੇਖੋ, ਬਾਜ ਜਿੱਦਾਂ ਯੂਜ਼ ਕਰਨਾ, ਗੁਲਾਈ ਕਰਨ ਲੱਗਿਆ, ਥੋੜ੍ਹੀ ਸ਼ੇਪ ਬਣਾਉਣ ਲੱਗਿਆ, ਇੱਦਾਂ ਆ ਪੂਰੀ ਗੋਲ ਸ਼ੇਪ ਬਣਾਉਣੀ ਹੈ ਬਾਜ ਨਾਲ। ਅਤੇ ਆ ਅੰਗੂਠੇ ਦੀ ਹੈਲਪ ਦੇ ਨਾਲ ਵੀ ਇੱਦਾਂ ਇਹਨੂੰ ਉੱਪਰ ਕਰ ਸਕਦੇ ਹਾਂ। ਕੋਈ ਵਾਟੂਰਾ ਪਰਾ ਸੈੱਟ ਹੋਣਾ ਆ, ਜਿਹੜਾ ਕੱਪੜਾ ਉੱਤੇ ਫਾਲਤੂ ਹੈਗਾ ਇਹਨੂੰ ਐਵੇਂ ਬਾਜ ਦੀ ਹੈਲਪ ਨਾਲ ਵਿੱਚ ਕਰ ਸਕਦੇ ਹਾਂ। ਇਹ ਬਣਨ ਲੱਗੇ ਕੁਛ ਖਾਸ ਮਿੰਟ ਨਹੀਂ ਲੱਗਦੇ, ਇਹ ਤੁਹਾਨੂੰ ਆਰਾਮ ਨਾਲ ਬਣਾ ਬਣ ਕੇ ਦਿਖਾਇਆ ਗਿਆ, ਸਿਰਫ ਓਨਲੀ 2-3 ਮਿੰਟ ਲੱਗਦੇ ਆ ਇਹ ਪਰਨਾ ਬਣਨ ਲੱਗਿਆ।
ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਊਗਾ। ਇਸ ਤੋਂ ਬਾਅਦ ਹੁਣ ਤੁਹਾਨੂੰ ਅਗਲੀ ਵੀਡੀਓ ਨਾਲੋਂ ਨਾਲ ਹੀ ਤੁਹਾਨੂੰ ਦਿਖਾ ਰਿਹਾ, ਉਹਦੇ 'ਚ ਏ ਸਟਾਈਲ ਬੰਨਿਆ ਹੋਇਆ ਪਰਨਾ। ਸੋ ਲਿੰਕ ਨੂੰ ਕਾਫੀ ਅੱਗੇ ਸ਼ੇਅਰ ਜ਼ਰੂਰ ਕਰਿਓ। ਹੁਣ ਤੁਹਾਨੂੰ ਏ ਸਟਾਈਲ ਪਰਨਾ ਬੰਨਿਆ ਤੁਹਾਨੂੰ ਦਿਖਾ ਰਿਹਾ, ਕਿੱਦਾਂ ਬੰਨੀ ਦਾ ਨੋਕ ਵਾਲਾ, ਜਿਹਨੂੰ ਕਹਿੰਦੇ ਗੁੱਠ ਵਾਲਾ ਵੀ ਕੀ ਕਹਿ ਜਾਂਦੇ ਆ। ਇਹ ਸੇਮ ਟੂ ਸੇਮ ਉਨਾ ਹੀ ਉਵੇਂ ਹੀ ਕਰਨਾ ਹੈ ਜਿਵੇਂ ਕਿ ਆਪਾਂ ਗੋਲ ਬੰਨਿਆ ਸੀ, ਬਸ ਸਟਾਰਟਿੰਗ ਤੋਂ ਥੋੜ੍ਹਾ ਜਿਹਾ ਹੁੰਦਾ ਆ ਕਿ ਇਹਦੀ ਕਿਨਾਰੀ ਬਿਲਕੁਲ ਗੋਲ ਨਹੀਂ ਕਰਨੀ, ਇੱਕ ਤਿੱਖੇ ਜੀ ਨੋਕ ਵਾਂਗੂ ਬਣਾ ਦੇਣੀ ਹੈ ਪਿੱਛੇ ਐਵੇਂ ਕਰਕੇ। ਵੇ ਉਹ ਹੀ ਹੈ ਜਿਹੜਾ ਆਪਾਂ ਗੋਲ ਪਰਨੇ ਦੇ ਵਿੱਚ ਆਪਾਂ ਯੂਜ਼ ਕੀਤਾ ਸੀ, ਬਸ ਅੱਗੋਂ ਜਿਹੜਾ ਦੋ ਲੜ ਦੀ ਪ੍ਰੋਬਲਮ ਹੁੰਦੀ ਹੈ, ਬਾਕੀ ਉੱਪਰੋਂ ਸਾਰਾ ਸੇਮ ਹੀ ਹੈ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ, ਹੁਣ ਅੰਗੂਠੇ ਦੀ ਹੈਲਪ ਨਾਲ ਆਪਾਂ ਇਹਨੂੰ ਦੋਨੋਂ ਸਾਈਡ ਉਹ ਬਿਲਕੁਲ ਨੱਕ ਦੀ ਸੀ ਵਿੱਚ ਰੱਖਣੀ ਹੈ, ਆਹ ਕਿਨਾਰੀ ਜਿਹੜੀ ਗੋਠੇ ਆ, ਅਤੇ ਹੁਣ ਆਪਾਂ ਫੋਲਡ ਕਰ ਦੇਣੇ ਆ। ਬਸ ਇੱਕ ਵਾਰੀ ਆਹ ਫੋਲਡ ਕਰਨਾ, ਉਸ ਤੋਂ ਬਾਅਦ ਫੋਲਡ ਨਹੀਂ, ਬਾਰ ਬਾਰ ਨਹੀਂ ਕਰਨਾ। ਅਤੇ ਅੱਗੇ ਜਿਹੜਾ ਫਾਲਤੂ ਦਾ ਕੱਪੜਾ ਉੱਦਾਂ ਹੀ ਜਿੱਦਾਂ ਪਹਿਲਾਂ ਆਪਾਂ ਗੋਲ ਪਰਨੇ ਦੇ ਵਿੱਚ ਵੀ ਕੀਤਾ ਸੀਗਾ, ਉੱਦਾਂ ਹੀ ਇਹਨੂੰ ਵਿੱਚ ਫਾਲਤੂ ਦਾ ਕੱਪੜਾ ਵਿੱਚ ਪਾ ਦੇਣਾ ਤਾਂ ਕਿ ਸ਼ੇਪ ਵਧੀਆ ਆਊ। ਬਸ ਸੇਮ ਟੂ ਸੇਮ ਉੱਦਾਂ ਹੀ ਚੱਲਦੇ ਰਹਿਣਾ ਜਿੱਦਾਂ ਕਿ ਆਪਾਂ ਹੁਣ ਗੋਲ ਪਰਨੇ 'ਚ ਕੀਤਾ ਸੀਗਾ। ਆਪਾਂ ਹਾਫ ਇੰਚ ਫੜ ਕੇ ਇਹਨੂੰ ਉੱਪਰ ਕਰਤਾ ਵੀਰੇ, ਬਸ ਹੁਣ ਇੱਦਾਂ ਹੀ ਅੱਗੋਂ ਬਿਲਕੁਲ ਸਾਰਾ ਗੋਲਾ ਹੀ 'ਚ ਲੈ ਕੇ ਆਉਣਾ ਹੈ ਜਿਵੇਂ ਗੋਲ ਭਰਨਾ ਸੀ। ਬਸ ਥੱਲੇ ਮਿਹਨਤ ਥੱਲੇ ਹੀ ਕਰਨੀ ਪੈਂਦੀ ਹੈ ਜਿਹੜੀ ਨੋਕ ਬਣਾਉਣੀ ਹੈ। ਉਸ ਤੋਂ ਬਾਅਦ ਬਾਜ ਦੀ ਹੈਲਪ ਨਾਲ ਥੋੜ੍ਹਾ ਜਿਹਾ ਇਹਨੂੰ ਨੋਕ ਨੂੰ ਥੋੜ੍ਹੀ ਸਿੱਧੀ ਕਰ ਸਕਦੇ ਹੋ, ਥੋੜ੍ਹੀ ਤਿੱਖੀ ਕਰ ਸਕਦੇ ਹੋ। ਸੋ ਪਹਿਲਾਂ ਵੀ ਵੀਡੀਓ ਕਾਫੀ ਪਾਈਆਂ, ਕਾਫੀ ਅੱਛਾ ਰਿਸਪੋਂਸ ਆਇਆ, ਬਹੁਤ 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 ਧੰਨਵਾਦ ਤੁਹਾਡਾ ਵੀਰੇ। ਇੱਦਾਂ ਹੀ ਚੈਨਲ ਨੂੰ ਸਬਸਕ੍ਰਾਈਬ ਔਰ ਕਾਫੀ ਵਿਊਜ਼ ਕਰਦੇ ਰਹੋ, ਔਰ ਅੱਗੇ 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 ਤੋਂ ਅੱਗੇ ਸ਼ੇਅਰ ਜ਼ਰੂਰ ਕਰਦੇ ਰਹੋ ਲਿੰਕ ਨੂੰ। ਘਰ ਬੈਠੇ ਤੁਸੀਂ ਆਰਾਮ ਨਾਲ ਸੌਖੇ ਤਰੀਕੇ ਨਾਲ ਸਿੱਖ ਸਕਦੇ ਹੋ। ਸੋ ਇੱਦਾਂ ਹੀ ਉੱਤੋਂ ਪਿੱਛੋਂ ਬੈਕ ਸਾਈਡ ਤੋਂ ਉੱਤੋਂ ਉਂਗਲ ਨਾਲ ਥੱਲੋਂ ਅੰਗੂਠੇ ਨਾਲ ਡੋਲ ਜੀ, ਇੱਦਾਂ ਪਿੱਛੋਂ ਮਾੜਾ ਮਾੜਾ ਥੱਲੇ ਕਰਦੇ ਰਹਿਣਾ ਤਾਂ ਕਿ ਸ਼ੇਪ ਵਿੱਚ ਰਵੇ ਭਰਨਾ। ਬਸ ਐਵੇਂ ਖਿੱਚ ਕੇ ਰੱਖਣਾ ਆ, ਥੋੜ੍ਹਾ ਟਾਈਟ ਰੱਖੋਗੇ ਤਾਂ ਬੈਟਰ ਰਹੂਗਾ। ਇਹਨੂੰ ਤੁਸੀਂ ਜੂੜੇ ਉੱਤੇ ਵੀ ਬੰਨ ਸਕਦੇ ਹੋ, ਇਹ ਜੂੜੇ 'ਤੇ ਬੰਨਿਆ ਹੋਇਆ। ਅਗਰ ਜ਼ਿਆਦਾ ਵਾਲ ਭਾਰੇ ਹੋਣ ਤਾਂ ਆਪਾਂ ਵੀਰੇ ਉਹਨੂੰ ਵਾਲ ਬੰਨ ਕੇ ਅਤੇ ਫਿਰ ਇੱਦਾਂ ਕਰ ਸਕਦੇ ਹਾਂ। ਸੋ ਪਰਨੇ ਦੇ ਵੀਰੋ ਕਾਫੀ ਵੱਖ ਵੱਖ ਸਟਾਈਲ ਹੁੰਦੇ ਆ, ਮੇ ਬੀ ਮੈਨੂੰ ਇਹਨਾਂ ਇੰਨਾ ਤਕਰੀਬਨ 10-12 ਸਟਾਈਲ ਹੈਗੇ ਆ ਪਰਨੇ ਦੇ। ਸੋ ਹਲੇ ਸਟਾਰਟਿੰਗ ਆ, ਕੁਝ ਕੁਝ ਵੀਡੀਓ ਪਾਈਆਂ ਵੀ ਆ। ਸੋ ਪੱਗ ਦੇ ਵੀ ਕਾਫੀ ਮੋਰ ਸਟਾਈਲ ਨੇ। ਸੋ ਹੌਲੀ ਹੌਲੀ ਕਰਕੇ ਜਿੱਦਾਂ ਜਿਹੜਾ ਟਾਈਮ ਮਿਲਦਾ ਰਹੂਗਾ ਅੱਗੇ ਅੱਗੇ ਵੀਡੀਓ ਪਾਉਂਦੇ ਰਹਾਂਗੇ। ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਆ ਤਾਂ ਜੋ ਘਰ ਬੈਠੇ ਤੁਸੀਂ ਇਸ ਨੂੰ ਸਿੱਖ ਸਕੋ ਸਹੀ ਤਰੀਕੇ ਨਾਲ। ਆਪਣਾ ਦਸਤਾਰ ਟ੍ਰੇਨਿੰਗ ਸੈਂਟਰ ਵੀ ਹੈ ਜਿਸਦਾ ਨਾਮ ਪ੍ਰੀਤ ਦਸਤਾਰ ਟ੍ਰੇਨਿੰਗ ਸੈਂਟਰ ਹੈ, ਉਹ ਸੰਦ ਵਿੱਚ ਆ ਡਿਸਟ੍ਰਿਕਟ ਕਰਨਾਲ। ਸੋ ਅਗਰ ਇੱਥੇ ਆਉਣਾ ਹੋਵੇ ਤਾਂ ਕੰਟੈਕਟ ਨੰਬਰ ਤੁਹਾਨੂੰ ਦਿੱਤਾ ਹੋਇਆ ਹੈ, ਨੀਚੇ ਦਿੱਤੇ ਵੀ ਹੋਣਗੇ ਡਿਸਕ੍ਰਿਪਸ਼ਨ ਇਸ। ਸੋ ਸੰਪਰਕ ਵੀ ਕਰ ਸਕਦੇ ਹੋ। ਕੁਛ ਪੁੱਛਣਾ ਹੋਵੇ ਥੱਲੇ ਕਮੈਂਟ ਵਿੱਚ ਵੀ ਕਰ ਸਕਦੇ ਹੋ ਕੁਛ ਕਿਸੇ ਬਾਰੇ ਵੀ। ਸੋ ਜ਼ਿਆਦਾਤਰ ਤਾਂ ਟਾਈਮ ਮਿਲਦਾ ਤਾਂ ਆਪਾਂ ਰਿਪਲਾਈ ਜ਼ਰੂਰ ਕਰਦੇ ਹਾਂ। ਇੱਦਾਂ ਹੀ ਉੱਪਰੋਂ ਗੋਲ ਸ਼ੇਪ ਬਣਾਉਂਦੇ ਰਹਿਣਾ, ਔਰ ਬਸ ਥੋੜ੍ਹਾ ਆਹ ਜਿਹੜਾ ਲਾਸਟ ਹੈ ਥੋੜ੍ਹਾ ਜਿਹਾ ਇਹ ਥੋੜ੍ਹਾ ਸਾਫ਼ ਕਰਨਾ ਹੁੰਦਾ ਉੱਪਰੋਂ ਸ਼ੇਪ ਵਿੱਚ। ਉੱਪਰ ਦੋਨੋਂ ਸਾਈਡ ਦੋਨੋਂ ਪਾਸੋਂ ਬਿਲਕੁਲ ਬਰਾਬਰ ਹੋਵੇ। ਅਤੇ ਸਭ ਤੋਂ ਪਹਿਲਾਂ ਤਾਂ ਵੀਰੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਔਰ ਬੈਲ ਆਈਕੋਨ ਨੂੰ ਜ਼ਰੂਰ ਵਜਾਉਣਾ ਹੈ ਤਾਂ ਕਿ ਤੁਹਾਨੂੰ ਮੈਸੇਜ ਮਿਲ ਸਕੇ ਕੋਈ ਵੀਡੀਓ ਵਗੈਰਾ ਅਪਲੋਡ ਕਰਾਂ ਯੂਟਿਊਬ 'ਤੇ। ਸੋ ਪੰਜਾਬੀ ਵੀਰਾਂ ਨੂੰ ਸਭ ਤੋਂ ਵੱਡਾ ਕਾਫੀ ਹੈਲਪ ਮਿਲੇਗੀ। ਜ਼ਰੂਰੀ ਨਹੀਂ ਹੈ ਕਿ ਇਹ ਪੰਜਾਬੀ ਵੀ ਬਣ ਸਕਦੇ ਆ, ਕੋਈ ਹੋਰ ਵੀ ਜਿਵੇਂ ਕਿ ਅੱਜ ਕੱਲ੍ਹ ਸ਼ੌਂਕ ਬਹੁਤ ਹੋ ਗਿਆ ਸਭ ਨੂੰ, ਬਹੁਤ ਅੱਛੀ ਗੱਲ ਆ ਕਿ ਸਿੱਖੀ ਬਹੁਤ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਸੋ ਪਰਮਾਤਮਾ ਇੱਦਾਂ ਹੀ ਰੰਗ ਲਿਆਵੇ।
सो वीर वाहेगुरु जी का खालसा, वाहेगुरु जी की फतह। तुसीं देख सकते हो, अगर चंगी लगे तां लाइक सब्सक्राइब करो। धन्यवाद थोड़ा।